ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਦੇਸ਼ ਭਰ ਵਿੱਚ ਕਈ ਸੰਸਥਾਵਾਂ ਆਪਣੇ ਵੱਲੋਂ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਨੇ। ਅਜਿਹਾ ਹੀ ਕੁਝ ਪਟਿਆਲਾ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਕਿ ਇੱਕ ਸੰਸਥਾ ਪਲਾਂਟ ਐਂਡ ਡੋਰ ਲੋਕਾਂ ਨੂੰ ਵਾਤਾਵਰਨ ਦੇ ਨਾਲ ਜੋੜਨ ਦੇ ਲਈ ਆਪਣੇ ਵੱਲੋਂ ਬੂਟੇ ਵੰਡ ਰਹੀ ਹੈ। ਇਸ ਸੰਸਥਾ ਦੇ ਕੰਮ ਕਰਨ ਦਾ ਤਰੀਕਾ ਵੀ ਹੋਰ ਨਾਲੋਂ ਵੱਖਰਾ ਹੈ। ਇਸ ਸੰਸਥਾ ਨੂੰ ਫੋਨ ਕਰਨ ਤੇ ਹੀ ਇਹ ਸੰਸਥਾ ਆਪਣੇ ਆਪ ਤੁਹਾਡੇ ਬੂਹੇ ਉੱਤੇ ਬੂਟੇ ਰੱਖ ਜਾਵੇਗੀ, ਉਹ ਵੀ ਬਿਨਾਂ ਕੋਈ ਪੈਸੇ ਲਈ। ਇੱਕ ਸੰਸਥਾ ਗੁਰਕਿਰਤ ਸਿੰਘ ਅਤੇ ਕਰਮਜੀਤ ਸਿੰਘ ਸੇਖੋ ਨਾਮੀ ਦੋ ਦੋਸਤਾਂ ਵੱਲੋਂ ਹੀ ਸ਼ੁਰੂ ਕੀਤੀ ਗਈ ਹੈ ਅਤੇ ਪਿਛਲੇ ਇੱਕ ਸਾਲ ਤੋਂ ਇਹ ਸੰਸਥਾ ਚਲਾ ਰਹੇ ਨੇ ਤੇ ਹੁਣ ਤੱਕ ਤਕਰੀਬਨ 1200 ਲੋਕਾਂ ਨੂੰ ਇਹ ਮੈਡੀਸਨ ਬੂਟੇ ਵੰਡ ਚੁੱਕੇ ਨੇ, ਜੋ ਕਿ ਲੋਕਾਂ ਦੀ ਸਿਹਤ ਲਈ ਵੀ ਕਾਫੀ ਲਾਭਦਾਇਕ। ਇਹਨਾਂ ਦਾ ਫੇਸਬੁੱਕ ਤੇ ਪੇਜ ਦੇਖਿਆ ਸੀ ਪਲਾਂਟ ਐਟ ਡੋਰ ਦਾ, ਤੇ ਉੱਥੇ ਅਸੀਂ ਪੜ੍ਹਿਆ ਸੀਗਾ ਵੀ ਇਹ ਮੈਡੀਸਨ ਪਲਾਂਟਸ ਲਾਉਂਦੇ ਨੇ, ਤਾਂ ਉੱਥੇ ਇਹਨਾਂ ਦਾ ਸਰਚ ਕੀਤਾ ਸੀਗਾ, ਕਾਫੀ ਅੱਛੇ ਪੌਦੇ ਨੇ, ਰਿਜ਼ਲਟ ਵੀ ਮਿਲਦੇ ਨੇ ਲੋਕਾਂ ਨੂੰ। ਤਾਂ ਸਾਡੇ ਘਰ 'ਚ ਪ੍ਰੋਬਲਮ ਹੈਗੀ ਸੀ ਸ਼ੂਗਰ ਦੀ, ਉਹਦੇ ਕਾਰਨ ਅਸੀਂ ਇਹਨਾਂ ਨੂੰ ਸੰਪਰਕ ਕੀਤਾ ਸੀਗਾ। ਆ ਕੇ ਇਹਨਾਂ ਨੇ ਸਾਡੇ ਪਹਿਲਾਂ ਇੱਕ ਪਲਾਂਟ ਲਗਾਇਆ ਸੀਗਾ, ਅਸੀਂ ਸ਼ੁਰੂ ਕੀਤਾ ਸੀਗਾ, ਉਹ ਬਹੁਤ ਉੱਪਰ ਹੋ ਚੁੱਕਿਆ, ਹੁਣ ਵੱਡਾ ਹੋ ਗਿਆ, ਹੁਣ ਇੱਕ ਹੋਰ ਲੋਡ ਸੀਗੀ, ਤਾਂ ਇਹਨਾਂ ਨੂੰ ਅਸੀਂ ਸੰਪਰਕ ਕੀਤਾ ਸੀਗਾ ਵੀ ਹੋਰ ਪਲਾਂਟ ਲਾਓ। ਫ੍ਰੀ ਆਫ ਕੋਸਟ, ਕਿਉਂਕਿ ਹਰ ਘਰ ਦੇ ਵਿੱਚ ਪ੍ਰੋਬਲਮ ਹੈਗੀਆਂ, ਬਿਮਾਰੀਆਂ ਹੈਗੀਆਂ, ਲੋਕ ਦਵਾਈਆਂ ਵੱਲ ਜ਼ਿਆਦਾ ਭੱਜਦੇ ਨੇ, ਉਹਦੇ ਹਿਸਾਬ ਸਿਰ ਤਾਂ ਜੋ ਨੈਚੁਰਲ ਚੀਜ਼ ਹੈਗੀ ਹੈ ਤਾਂ ਆਪਾਂ ਨੂੰ ਉਹਦੇ ਵੱਲ ਜਾਣਾ ਚਾਹੀਦਾ, ਕਿਉਂਕਿ ਜਿਹੜੇ ਪਲਾਂਟਸ ਹੈ ਤਾਂ ਨੈਚੁਰਲ ਚੀਜ਼ਾਂ ਨੇ, ਇਹਦੇ ਨਾਲ ਰਿਜ਼ਲਟ ਜ਼ਿਆਦਾ ਮਿਲਦੇ ਨੇ। ਮੈਡੀਸਨ ਤਾਂ ਇੱਕ ਹੈ ਹੀ, ਆਰਟੀਫਿਸ਼ਲ ਚੀਜ਼ਾਂ ਨੇ।